ਸ਼ੁਰੂ ਖੁਦਾ ਦੇ ਨਾਮੋ ਜਿਸ ਦਾ ਜੋਰ ਜਵਾਬ ਨਾ ਕੋਈ ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ ਪਿਆਰੇ ਵੇਖਣ ਵਾਲਿਓ ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਤਰੱਕੀ ਦੇ ਵਾਸਤੇ ਸ਼ੁਰੂ ਕੀਤੇ ਜਾਣ ਵਾਲੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗੀਆਂ ਤੋਂ ਜੀ ਆਇਆਂ ਨੂੰ ਆਖਨੇ ਆ ਸਾਡੀ ਬੇਨਤੀ ਏ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਵੋ ਤੇ ਬੈਲ ਆਈਕਨ ਦਾ ਬਟਨ ਨਪਣਾ ਤੇ ਬਿਲਕੁਲ ਨਾ ਭੁੱਲਿਆ ਜੇ ਪਿਆਰੇ ਸੱਜਣੋ ਤੇ ਮਿੱਤਰੋ ਤੁਹਾਡੇ ਕਾਈਂਡ ਨੋਟਿਸ ਦੇ ਵਿੱਚੇ ਕਿ ਅਸੀਂ ਅੱਜਕੱਲ ਆਪਣੇ ਅਜੇ ਧੀਆਂ ਪੁੱਤਰਾਂ ਦੇ ਵਾਸਤੇ ਜਿਹੜੇ ਕਿ ਪੜਿਹਾਰ ਨੇ ਪੰਜਾਬੀ ਜ਼ੁਬਾਨੋ ادب ਦੇ ਤੇ ਐਫ اے ਬੀ اے ਤੇ ਐਮ اے ਦੇ ਤੇ ਨਾਲੇ ਮੁਕਾਬਲੇ ਦੇ ਇਮਤਿਹਾਨਾਂ ਦੇ ਵਿੱਚ ਪੰਜਾਬੀ ਜ਼ੁਬਾਨ ਨੂੰ ਬਤੌਰ ਸਬਜੈਕਟ ਉਹਨਾਂ ਰੱਖਿਆ ਆਏ ਤੇ ਪੰਜਾਬੀ ਪੜ੍ਹ ਰਹੇ ਨੇ ਅਸੀਂ ਉਹਨਾਂ ਦੀ ਇਮਤਿਹਾਨੀ ਨੁਕਤੇ ਨਜ਼ਰ ਦੇ ਨਾਲ ਤਿਆਰੀ ਕਰਵਾਉਣ ਦੇ ਵਾਸਤੇ ਲੈਕਚਰਸ ਦਾ ਇੱਕ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ ਤੇ ਤੁਹਾਡੀ ਮੰਗ ਦੇ ਉੱਤੇ ਹੀ ਅਸੀਂ ਸਭ ਤੋਂ ਪਹਿਲੇ ਦੇਸ਼ ਪੰਜਾਬ ਦੇ ਮਹਾਨ ਕਿਵੀ ਤੇ ਸਾਡੀ ਪੰਜਾਬੀ ਦੀ ਕਲਾਸੀਕਲ ਰੀਤ ਦਾ ਇੱਕ ਬਹੁਤ ਵੱਡਾ ਉੱਚਾ ਤੇ ਸੁੱਚਾ ਨਾਂ حضرت ਮਾਦੂ ਲਾਲ हुसैन ਉਹਨਾਂ ਦੇ ਕਲਾਮ ਨੂੰ ਅਸੀਂ ਸ਼ਰ੍ਹਾ ਸਮੇਤ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਨ ਦਾ ਯਤਨ ਅੱਜ ਕੱਲ ਕਰ ਰਹੇ ਹਾਂ ਅੱਜ ਫੇਰ ਜਿਹੜੀ ਕਾਫੀ ਦੀ ਮੰਗ ਕੀਤੀ ਗਈ ਏ ਉਹ ਬੜੀ ਮਨ ਠਾਰ ਤੇ ਬੜੀ ਮੱਤ ਭਰੀ حضرت شاہ حسین لاہور دی کافی ہے میں او کافی ਤੁਹਾਡੀ সেবা ਦੇ ਵਿੱਚ پیش ਕਰਨ ਲੱਗਾ ਪਰ ਉਸ ਤੋਂ ਪਹਿਲੇ ਤੁਹਾਡੀ ਮੰਗ ਦੇ ਉੱਤੇ ਅਸੀਂ ਇੱਕ ਡਾਕੂਮੈਂਟਰੀ ਤੁਹਾਡੀ خدمت ਵਿੱਚ ਪੇਸ਼ ਕਰ ਰਹੇ ਹਾਂ ਜਿਹੜੀ ਕਿ حضرت ਮアドੂ لال حسین ਦੀ ਬਾਇਓਗ੍ਰਾਫੀ ਤੇ ਉਹਨਾਂ ਦੇ ਮزار شریف ਉਹਨਾਂ ਦੇ ਦਰਬਾਰ شریف ਦੇ ਉੱਤੇ مبਨੀ ਹੈ ਤੇ ਪਹਿਲੇ ਮੁਲਾਜ਼ਾ ਫਰਮਾਓ ਐ ਡਾਕੂਮੈਂਟਰੀ حضرت شاہ حسین ਸਾਡੇ پنجابی ادب ਦੀ تاریخ ਦੇ ਦੂਜੇ ਵੱਡੇ ਸੂਫੀ ਸ਼ਾਇਰ ਨੇ ਜਿਨ੍ਹਾਂ ਦੇ ਕਲਾਮ ਵਿੱਚ ਸੂਫੀਆਨਾ ਰੀਤ ਦੀ ਖੁਸ਼ਬੂ ਬੜੀ شدت ਨਾਲ ਉੱਭਰ ਕੇ ਸਾਡੇ ਤਾਈਂ ਅਪੜਦੀ ਏ ਉਹਨਾਂ ਕਾਫੀ ਵਰਗੀ ਸ਼ੇਰੀ ਸਨਫ ਨੂੰ ਨਾ ਸਿਰਫ ਇਜਾਦ ਕੀਤਾ ਬਲਕਿ ਫਨ-ਏ-ਉਰੂਜ਼ ਦੀ ટીਸੀ ਤੇ ਵੀ ਅਪੜਾ ਦਿੱਤਾ ਉਹਨਾਂ ਦੀਆਂ ਕਾਫੀਆਂ ਪੜਦੇਆਂ ਸੁਣਦੇਆਂ ਹੋયા ਇਸ ਗੱਲ ਦਾ ਕਿਦਰੇ ਚੌਰਾ ਨਹੀਂ ਪੈਂਦਾ ਕਿ ਅਸੀਂ ਕਿਸੇ ਨਵੀਂ ਸنف ਨੂੰ ਪੜ ਜਾਂ ਸੁਣ ਰਹੇ ਹਾਂ ਉਹਨਾਂ ਦਾ ਅੰਦਾਜ਼ ਐਡਾ ਪੱਕਾ ਤੇ ਪੀੜਾ ਹੈ ਪਈ ਲੱਗਦਾ ਹੈ ਜੇ ਸਦੀਆਂ ਤੋਂ ਪ੍ਰਚਲਿਤ ਕਿਸੇ ਸنف ਵਿੱਚ ਤਬਾਜ਼ਮਾਈ ਕਰ ਰਹੇ ਹੋਣ ਉਹਨਾਂ ਦਾ ਕਲਾਮ ਪੜ ਸੁਣ ਕੇ ਇਹ ਗੱਲ ਉੱਗੜ ਕੇ ਸਾਹਮਣੇ ਆਉਂਦੀ ਹੈ ਕਿ ਉਹਨਾਂ ਦੇ ਕਲਾਮ ਵਿੱਚ ਇੱਕ ਤੜਫ ਦੀ ਹੋਈ ਬੇਤਾਬ ਰੂਹ ਦੀ ਕੂਕ ਤੇ ਪੁਕਾਰ ਮੌਜੂਦ ਹੈ ਬਾਰੇ ਫਰੀਦ ਗੰਜੇ ਸ਼ਕਰ ਹੋਰਾ ਅੱਲਾਹ ਤੇ ਅੱਲਾਹ ਦੇ ਪਾਕ ਰਸੂਲ ਦੇ ਆਫਾਕੀ ਪੈਗਾਮ ਨੂੰ ਦੋੜਿਆਂ ਤੇ ਸ਼ਲੋਕਾਂ ਰਾਈਨ ਲੋਕਾਈ ਤੀਕ ਅਪੜਾਇਆ ਤੇ ਅੱਲਾਹ ਦੇ ਬੰਦਿਆਂ ਨੂੰ ਨੇਕ ਤੇ ਚੰਗੇ ਕੰਮ ਕਰਨ ਵੱਲ ਭਰੇ ਰਿਆ ਪੌਣੇ 300 ਸਾਲ ਬਾਅਦ ਇਹੋ ਹੀ ਕਾਰ ਹੈ ਖੈਰ ਸ਼ਾਹ ਹੁਸੈਨ ਹੋਰਾ ਕਾਫੀ ਰਾਈਨ ਸਰ ਅੰਜਾਮ ਦਿੱਤਾ ਲਾਲ ਹੁਸੈਨ ਜੀ ਲੋਕਾਈ ਵਿੱਚੋਂ ਸਨ ਇਸ ਲਈ ਉਹਨਾਂ ਦੀ ਸ਼ਾਇਰੀ ਵਿੱਚ ਆਵਾਮੀ ਰੰਗ ਚਲਕਾਰੇ ਪਿਆ ਮਾਰਦਾ ਹੈ حضرت بلھے شاہ تے دوجے صوفی شاعراں اپنے کلام نو محاورےاں تشبیہاں تے استعارےاں نال سجایا جد کہ شاہ حسین ہوراں ساڈی لوک رحتل تے وسیب وچ روزمرہ دے استعمال دیاں چیزاں نو علامتاں بنا کے ورتیا اوناں اپنی شاعری دے پورٹریٹ ساڈی تہذیب تے ثقافت دے رنگاں نال الیکے ਇਹੀ ਗੱਲ ਉਹਨਾਂ ਦੇ ਕਲਾਮ ਨੂੰ ਬਹੁਤਾ ਮਨ ਖਿੱਚਵਾ ਤੇ ਮਨ ਖੁਬਵਾ ਬਣਾਉਂਦੀ ਏ ਆਖਿਆ ਜਾਂਦਾ ਏ ਭਈ ਸ਼ਾਹ ਹੁਸੈਨ ਹੋਰਾਂ ਪੂਰੀ ਇਨਸਾਨੀ ਹਿਆਤੀ ਚਰਖੇ ਦੀ ਹੱਥੀ ਤੇ ਕੁਮਾ ਕੇ ਵਖਾਅ ਛੱਡੀ ਸੀ ਜும் ਚਰਖੜਾ ਚਰਖੜਾ ਭੂ ਚਰਖੜਾ ਚਰਖੜਾ ਭੂ ਚਰਖੜਾ ਸਾਈਆਂ ਦਾ ਤੇਰੀ ਖਤਮ ਵਾਰੀ ਦੀ ਹਜ਼ਰਤ ਬੁੱਲੇ ਸ਼ਾਹ ਤੇ ਦੂਜੇ ਕਈ ਸੂਫੀ ਸ਼ਾਇਰਾਂ ਦੇ ਕਲਾਮ ਵਿੱਚ ਜਿਹੜੀ ਬੇਬਾਕੀ ਤੇ ਖੁੱਲੇ ਝਾਕੇ ਨਜ਼ਰੀਆਂ ਹੁੰਦੇ ਨੇ ਉਹ ਮਦਦੋ ਲਾਲ हुसैन ਦੇ ਕਲਾਮ ਵਿੱਚ ਆਜਿਜ਼ੀ ਇਨਕਸਾਰੀ ਨਮਾਨਗੀ ਤੇ ਹਲੀਮੀ ਵਿੱਚ ਬਦਲ ਜਾਂਦੇ ਨੇ ਸ਼ਾਹ हुसैन ਹੋਰਾ ਔਰਤ ਨੂੰ ਵਫਾ ਦੀ ਦੇਵੀ ਆਸ਼ਿਕ ਆਜਿਜ਼ ਤੇ ਇਨਕਸਾਰ ਦੀ علامهਤ ਦੇ ਤੌਰ ਤੇ ਪੇਸ਼ ਕੀਤਾ ਹੈ ਉਹ ਸ਼ਾਇਰੀ ਤੇ ਮਾਰਫਤ ਦੀਆਂ ਬਾਰੀਕੀਆਂ ਤੇ ਲਤਾਫਤਾਂ ਨੂੰ ਡਾਡੇ ਆਜਜ਼ਾਨਾ ਆਰਿਫਾਨਾ ਸੂਫੀਯਾਨਾ ਤੇ ਦਰਵੇਸ਼ਾਨਾ ਰੰਗ ਵਿੱਚ ਔਰਤਾਂ ਦੇ ਮੂੰਹੋਂ ਅਖਵਾਂਦੇ ਨੇ ਤੇ ਗੱਲ ਹੋਰ ਵੀ ਸਜ ਜਾਂਦੀ ਹੈ ਉਹ ਪੰਜਾਬੀ ਅਦਬ ਵਿੱਚ ਕਾਫੀ ਤੇ علامهਤ ਨਿਗਾਰੀ ਦੇ ਮੋਢੀ ਤੇ ਮੌਜਦ ਨੇ ਲਾਲ ਹੁਸੈਨ ਹੋਰਾਂ ਦੀ ਸ਼ਾਇਰੀ ਵਿੱਚ ਜਜ਼ਬਿਆਂ ਦੀ ਸਚਾਈ ਤੇ ਸੋਚਾਂ ਦੀ ਡੁੰਗਿਆਈ ਦੇ ਨਾਲ ਇਨਸਾਨੀ ਰਿਸ਼ਤਿਆਂ ਦਾ ਤਕੱਦਸ ਵੀ ਮਿਲਦਾ ਹੈ ਇਨਸਾਨਾਂ ਦਾ ਇੱਕ ਦੂਜੇ ਨਾਲ ਸਲੂਕ ਤੇ ਮੁਆਸ਼ਰਤੀ ਇਸਲਾਹ ਉਹਨਾਂ ਦੀ ਸ਼ਾਇਰੀ ਦਾ ਮੌਜੂ ਹੈ ਉਹ ਸ਼ਾਇਰਾਨਾ ਤ ਅੱਲਾ ਤੇ ਮਬਾਲਗਾ ਅਰਾਈਆਂ ਤੋਂ ਕੰਮ ਲੈਣ ਦੀ ਬਜਾਏ ਆਪਣੇ ਕਲਾਮ ਦਾ ਮੌਜੂ ਆਪਣੇ ਮਾਹੌਲ ਦੀਆਂ ਅਛਾਈਆਂ ਤੇ ਬੁਰਾਈਆਂ ਨੂੰ ਬਣਾਉਂਦੇ ਨੇ ਤੇ ਅੰਦਾਜ਼ ਐਡਾ ਸਾਦਾ ਧੀਮਾ ਤੇ ਮਿੱਠੜਾ ਹੈ ਕਿ ਮਨ 모ਹ ਲੈਂਦਾ ਹੈ لال حسین ਦੀ ਇਹ ਸਾਦਗੀ ਹੀ ਉਹਨਾਂ ਨੂੰ ਦੂਜੇ ਸ਼ਾਇਰਾਂ ਤੋਂ ਵੱਖਰਾ ਤੇ ممتاض ਬਣਾਉਂਦੀ ਏ ਉਹਨਾਂ ਦੀ ਸ਼ਾਇਰੀ ਦਾ ਸਭ ਤੋਂ ਉਗੜਵਾ ਟੌਪਿਕ ਅੱਲਾਹ ਪਾਕ ਨਾਲ ਅੰਤਾਂ ਦਾ ਪਿਆਰ ਏ ਹਿਜਰ ਫिराਕ ਤੇ ਵਿਛੋੜੇ ਦਾ شدید ਕਿ ਰਬ ਉਹਨਾਂ ਦੇ ਸ਼ੇਰਾਂ ਦੇ ਅੱਖਰਾਂ ਵਿੱਚ ਹਰ ਵੇਲੇ ਧੂਣੀ ਵਾਂਗੂ ਤੁਖਦਾ ਰਹਿੰਦਾ ਏ ਤੇ ਜਦੋਂ ਕਿਦਰੇ ਭਾਂਬੜ ਬਣ ਜਾਂਦਾ ਏ ਤੇ ਫਿਰ ਉਹ কুরਲਾ ਉੱਠਦੇ ਨੇ ਨਿਮਾਏ ਮੈਨੂੰ ਖੇੜਿਆਂ ਦੀ ਗੱਲ ਨਾ ਆਖ ਸਖੀ ਲਾਲ हुसैन ਦੀ ਸ਼ਾਇਰੀ ਇਸ਼ਕ ਮੁਹabbat ਮਹਿਰ ਮਰਵਤ ਹਿਜਰ ਫिराਕ ਸੋਜ਼ੋ ਗੁਦਾਜ਼ ਆਜਿਜ਼ੀ ਇਨਕਸਾਰੀ اخلاقی ਰਵਾਦਾਰੀ ਤੇ ਭਾਈਚਾਰੇ ਦਾ درس ਦਿੰਦੀ ਏ ਉਹਨਾਂ ਦਾ ਕਲਾਮ ਅੱਲਾ ਦੇ ਬੰਦਿਆਂ ਨੂੰ ਦੁਨੀਆ ਦੀ ਬੇਸਬਾਤੀ ਤੇ ਹਿਆਤੀ ਦੀ ਨਾ ਪਾਇਦਾਰੀ ਵੱਲ ਗੋਹ ਕਰਵਾਂਦਾ ਤੇ ਮੁਖ्तसर ਜ਼ਿੰਦਗੀ ਵਿੱਚ ਨੇਕ ਤੇ ਚੱਜ ਦੇ ਕੰਮ ਕਰਨ ਲਈ ਪ੍ਰੇਰਦਾ ਏ ਤਾਂ ਜੇ ਜ਼ਿੰਦਗੀ ਨੂੰ ਲਾ ਯਜ਼ਾਲ ਤੇ ਬੇਮਿਸਾਲ ਬਣਾਇਆ ਜਾ ਸਕੇ ਤੇ ਨਾਲੇ ਖਲੀਫਾਤੁੱਲਾ ਫਿਲ ਅਰਜ਼ ਤੇ ਅਸ਼ਰਫੁਲ ਮਖਲੂਕਾਤ ਵੀ ਅਖਵਾਇਆ ਜਾ ਸਕੇ ਇਸ ਲਈ ਤੇ ਫਰਮਾਂਦੇ ਨੇ ਭਈ ਕੱਤ ਚਰਖਾ ਸ਼ਾਮ ਮਨਾਵੇਂਗੀ ਨਹੀਂ ਤੇ ਖੇਡਣ ਨੂੰ ਪਛਤਾਵੇਂਗੀ ਪਿਆਰੇ ਵੇਖਣ ਵਾਲਿਓ ਸ਼ਾਹ ਹੁਸੈਨ ਲਾਹੌਰੀ ਜਿਨ੍ਹਾਂ ਨੂੰ ਕਿ ਮਾਦੋ ਲਾਲ ਹੁਸੈਨ ਵੀ ਆਖਿਆ ਜਾਂਦਾ ਹੈ ਉਨ੍ਹਾਂ ਦੀ ਪਵਿੱਤਰ ਹਿਆਤੀ ਬਾਰੇ ਤੇ ਉਨ੍ਹਾਂ ਦੇ ਦਰਬਾਰ شریف ਦੇ ਉੱਤੇ ਮਬਨੀ ਇੱਕ ਬੜੀ ਖੂਬਸੂਰਤ ਡਾਕੂਮੈਂਟਰੀ ਇੱਕ ਰਿਪੋਰਟ ਬੜੀ ਜਾਮਿਆ ਅਸੀਂ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੀ ਹੁਣ ਅਸੀਂ ਬਿਲ ਖਸੂਸ ਆਪਣੇ ਪੜਿਆਰ ਧੀਆਂ ਪੁੱਤਰਾਂ ਦੇ ਵਾਸਤੇ ਤੇ ਬਿਲ ਅਮੂਮ ਆਪਣੇ तमाम ਨਾਜ਼ਰੀਨ ਦੇ ਵਾਸਤੇ ਇੱਕ ਬੜੀ ਪਿਆਰੀ ਕਾਫੀ ਹਸਬੇ ਵਾਦਾ ਤਹਾਡੀ ਸੇਵਾ ਵਿੱਚ ਪੇਸ਼ ਕਰ ਰਹੇ ਹਜ਼ੂਰ ਮਦੋ ਲਾਲ ਹੁਸੈਨ ਆਪਣੀ ਇਸ ਕਾਫੀ ਦੇ ਮੁਖੜੇ ਦੇ ਵਿੱਚ ਇਸ ਤਰ੍ਹਾਂ ਰਕਮ ਤਰਾਜ਼ ਨੇ ਨਹੀਂ ਸਈਓ ਅਸੀਂ ਨੈਨਾ ਦੇ ਆਖੇ ਲੱਗੇ ਕਾਫੀ ਦੇ ਬੋਲ ਦੇਖੋ ਮੈਂ ਅੱਗੇ ਵੀ ਤੁਹਾਡੀ ਸੇਵਾ ਵਿੱਚ ਅਰਜ਼ ਕਰ ਚੁੱਕਿਆ ਕਿ ਮਦੋ ਲਾਲ ਹੁਸੈਨ ਸਾਡੀ ਪੰਜਾਬੀ ਮਾਂ ਬੋਲੀ ਦੇ ਓ ਮਨ ਠਾਰ ਸ਼ਾਇਰ ਨੇ ਜਿਨ੍ਹਾਂ ਦੇ ਕਲਾਮ ਦੇ ਵਿੱਚ ਆਜਿਜ਼ੀ ਤੇ ਮਿਠਾਸ ਕੁੱਟ-ਕੁੱਟ ਕੇ ਭਰੀ ਹੋਈ ਹੈ ਫਰਮਾਉਂਦੇ ਨੇ ਨੀ ਸਈਓ ਅਸੀਂ ਨੈਨਾ ਦੇ ਆਖੇ ਲੱਗੇ ਜਿਨ੍ਹਾਂ پاک ਨਿਗਾਹਾਂ ਹੋਈਆਂ ਉਹ ਕਦੇ ਨਾ ਜਾਂਦੇ ਠੱਗੇ ਤੇ ਕਾਲੇ ਪੱਟ ਨਾ ਚੜੇ ਸਫੇਦੀ ਤੇ ਕਾਗ ਨਾ ਥੀਂਦੇ ਬੱਗੇ ਤੇ ਸ਼ਾਹ ਹੁਸੈਨ ਸ਼ਹਾਦਤ ਪਾਏ ਜੇ ਮਰਨ ਮਿਤਰਾਂ ਦੇ ਅੱਗੇ ਹੁਨੇ ਦਾ ਤਰਜਮਾ ਤੇ ਸ਼ਰਾ ਇਸ ਤਰ੍ਹਾਂ ਹੈ ਨਹੀਂ ਸਈਓ ਅਸੀਂ ਨੈਨਾ ਦੇ ਆਖੇ ਲੱਗੇ ਆਪਣੀਆਂ ਸਹੇਲੀਆਂ ਨੂੰ ਮੁਖਾਤਬ ਕਰਦਿਆਂ ਹੋਇਆਂ ਇੱਕ ਮੁਟਿਆਰ ਪਈ ਆਖਦੀ ਏ ਨਹੀਂ ਮੇਰੀਓ ਸਹੇਲਿਓ ਨਹੀਂ ਮੇਰੀਓ ਸਖੀਓ ਮੈਂ ਅੱਖੀਆਂ ਦੀ ਗੱਲ ਮੰਨ ਕੇ ਅੱਖੀਆਂ ਦੇ ਆਖੇ ਲੱਗ ਕੇ ਆਪਣੇ ਨੈਣਾ ਦੇ ਆਖੇ ਲੱਗ ਕੇ ਤੇ ਇਸ਼ਕ ਦੇ ਵਿੱਚ ਗ੍ਰਫਤਾਰ ਹੋ ਚੁੱਕੀਆਂ ਚੋਂ ਕਿ ਸ਼ਾਹ ਹੁਸੈਨ ਇੱਕ ਸੂਫੀ ਸ਼ਾਇਰ ਸਨ ਇਸ ਵਾਸਤੇ ਅਸੀਂ ਉਹਨਾਂ ਦੇ ਇਸ਼ਕ ਨੂੰ ਇਸ਼ਕ-ਏ-ਹਕੀਕੀ ਆਖਾਂਗੇ ਆਪ ਨਾਜ਼ਨੀਨਿ ਹਕੀਕੀ ਦੇ ਆਸ਼ਿਕ ਸਾਂ ਅੱਲਾ ਪਾਕ ਸੱਚੇ ਸਾਈਂ ਦੇ ਆਸ਼ਿਕ ਸਾਂ ਅੱਲਾ ਪਾਕ ਦੇ ਨਾਲ ਮੁਹੱਬਤ ਅੱਲਾ ਪਾਕ ਦੇ ਨਾਲ ਇਸ਼ਕ ਉਹਨਾਂ ਦੀ ਹਰ ਕਾਫੀ ਦੇ ਮਕਤੇ ਵਾਲੇ ਮਸਰੇ ਦੇ ਵਿੱਚ ਕੁੱਟ-ਕੁੱਟ ਕੇ ਭਰਿਆ ਆਇਆ ਤੇ ਖੁੱਲ-ਖੁੱਲ ਕੇ ਉਮੜ-ਉਮੜ ਕੇ ਬਾਹਰ ਪਿਆ ਹੁੰਦਾ ਹੈ ਜਿੱਥੇ ਆਪ ਆਪਣੇ ਮਕਤੇ ਵਾਲੇ ਮਸਰੇ ਦੇ ਵਿੱਚ ਆਖਦੇ ਨੇ ਕਹੇ ਹੁਸੈਨ ਫਕੀਰ ਸਾਈਂ ਦਾ ਯਾਨੀ ਅੱਲਾ ਸਾਈਂ ਦਾ ਫਕੀਰ ਹੁਸੈਨ ਆਪਣੇ ਆਪ ਨੂੰ ਹਰ ਕਾਫੀ ਦੇ ਵਿੱਚ ਆਪਣੇ ਹਰ ਬੋਲ ਦੇ ਵਿੱਚ ਆਪਣੇ ਸਾਹਿਬ ਦੇ ਨਾਲ ਮੁਨਸਲਿਕ ਕਰਦੇ ਇਸ ਵਾਸਤੇ ਆਪ ਅੱਲਾ ਪਾਕ ਸੱਚੇ ਸਾਈਂ ਦੇ ਆਸ਼ਿਕ ਹੋਏ ਨਾ ਤੇ ਫਰਮਾਉਂਦੇ ਨੇ ਪਏ ਕਿ ਨਹੀਂ ਸਈਓ ਅਸੀਂ ਨੈਨਾ ਦੇ ਆਖੇ ਲੱਗੇ ਇੱਥੇ ਹੁਣ ਅਸੀਂ ਇਸ਼ਕ-ਏ-ਮਜਾਜ਼ੀ ਮੁਰਾਦ ਲਿਲਈਆ ਇਸ਼ਕ ਹਕੀਕੀ ਇਸ਼ਕ ਹਕੀਕੀ ਤੇ ਚੂਕੇ ਸ਼ਾਹ ਹੁਸੈਨ ਦੀ ਜ਼ਾਤ ਇੱਕ ਸੂਫੀ ਸ਼ਾਇਰ ਦੀ ਜ਼ਾਤ ਹੈ ਇਸ ਵਾਸਤੇ ਮੇਰਾ ਇਹ ਸਿੱਟਾ ਹੈ ਕਿ ਆਪ ਆਪਣੇ ਇਸ਼ਕ ਹਕੀਕੀ ਦੀ ਬਾਤ ਕਰਦੇ ਨੇ ਅਗਲੇ ਮਿਸਰੇ ਚ ਉਹਨਾਂ ਹੋਰ ਵਾਜ਼ੇ ਵੀ ਕਰ ਦਿੱਤਾ ਇਸ ਗੱਲ ਨੂੰ ਲੇਕਿਨ ਅਸੀਂ ਇਹਦਾ ਅਮੂਮੀ ਤਰਜਮਾ ਅਗਰ ਇਸ਼ਕ ਮਜਾਜ਼ੀ ਦੇ ਤਨਾਜ਼ਰ ਦੇ ਵਿੱਚ ਵੀ ਲਈਏ ਤੇ ਉਹ ਇਸ ਤਰ੍ਹਾਂ ਹੈ ਕਿ ਅੱਖੀਆਂ ਦੇ ਆਖੇ ਲੱਗ ਕੇ ਮੇਰੀਓ ਸਹੇਲਿਓ ਮੇਰੀਓ ਸਖਿਓ ਮੈਂ ਆਪਣੀਆਂ ਅੱਖੀਆਂ ਦੇ ਆਖੇ ਲੱਗ ਕੇ ਅੱਜ ਜਿਸ ਵੀ ਮੁਕਾਮ ਤੇ ਇਸ਼ਕ ਦੇ ਵਿੱਚ ਪਹੁੰਚ ਚੁੱਕੀਆਂ ਉਹ ਮੈਂ ਅੱਖੀਆਂ ਦੀ ਬਦੌਲਤ ਹੀ ਇਸ ਥਾਂ ਤੇ ਪੁੱਜੀ ਆਂ ਯਾਨੀ ਇਸ਼ਕ ਦੇ ਵਿੱਚ ਸ਼ਾਦਮਾਨੀਆਂ ਕਾਮਰਾਨੀਆਂ ਤੇ ਮੁਸਰਰਤਾ ਵੀ ਹੁੰਦੀਆਂ ਨੇ ਤੇ ਹਿਜਰ ਤੇ ਵਿਛੋੜਿਆਂ ਦੇ ਦੁੱਖ ਵੀ ਹੁੰਦੇ ਹਨ ਯਾਨੀ ਹਰ ਦੋ ਕਾਫੀਯਾਤ ਬਾਰੇ ਸ਼ਾਹ ਹੁਸੈਨ ਦੀ ਇਹ ਜਿਹੜਾ ਇੱਕ ਮਿਸਰਾ ਹੈ ਇਹ ਹਰ ਦੋ ਕਾਫੀਯਾਤ ਦੀ ਤਰਜਮਾਨੀ ਕਰਦਾ ਹੈ ਯਾਨੀ ਇਸ਼ਕ ਦੀਆਂ ਮਸਰਤਾਂ ਤੇ ਸ਼ਾਦਮਾਨੀਆਂ ਭਾਵੇਂ ਲਿ ਲਵੋ ਤੇ ਭਾਵੇਂ ਹਿਜਰ ਤੇ ਵਿਛੋੜੇ ਦੇ ਦੁੱਖ ਤੇ ਔਕੜਾਂ ਤੇ ਮੁਸੀਬਤਾਂ ਜਿਹੜੀਆਂ ਕਿ ਇਸ਼ਕ ਦੇ ਵਿੱਚ ਕਿਸੇ ਆਸ਼ਿਕ ਨੂੰ ਦਰਪੇਸ਼ ਆਸ ਹੱਕ ਦੀਆਂ ਨੇ ਉਹ ਮੁਰਾਦ ਲੈ ਲਵੋ ਫਰਮਾਉਂਦੇ ਨੇ ਮੈਂ ਅੱਖੀਆਂ ਦੇ ਆਖੇ ਲੱਗ ਕੇ ਇਥੋਂ ਤਾਈਆਂ ਪੜੀਆਂ ਜੋ ਅੱਜ ਮੇਰੇ ਨਾਲ ਪਈ ਬੀਤਦੀ ਏ ਜਿਹੜਾ ਇਸ਼ਕ ਮੈਂ ਕਮਾ ਚੁੱਕੀ ਆ ਇਸ਼ਕ ਦੇ ਵਿੱਚ ਮੈਂ ਜਿਸ ਕੈਫੀਅਤ ਦੇ ਨਾਲ ਦੋ ਚਾਰ ਆ ਇਹਦਾ ਸਬਬ ਮੇਰੀਆਂ ਅੱਖਾਂ ਨੇ ਅੱਖੀਆਂ ਦੇ ਆਖੇ ਲੱਗ ਕੇ ਮੈਂ ਇਥੋਂ ਤਾਈਂ ਆਪਣੀ ਆ ਪਿਆਰੇ ਵੇਖਣ ਵਾਲਿਓ ਗੱਲ ਸੱਚੀ ਤੇ ਇਹ ਹੋਵੇ ਕਿ ਇਨਸਾਨ ਦੇ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਬਹੁਤ ਸਾਰੀਆਂ ਮਸਰਤਾਂ ਦੇ ਨਾਲ ਇਨਸਾਨ ਜਦੋਂ ਇਨਸਾਨੀ ਜ਼ਿੰਦਗੀ ਦੇ ਵਿੱਚ ਦੋ ਚਾਰ ਹੁੰਦਾ ਹੈ ਬਹੁਤ ਸਾਰੀਆਂ ਉਹਦੇ ਤੇ ਮੁਸੀਬਤਾਂ ਆ ਪੈਂਦੀਆਂ ਨੇ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਉਹਨੂੰ ਕਰਨਾ ਪੈਂਦਾ ਹੈ ਤੇ ਉਹਦਾ ਸਬੱਬ ਤੇ ਉਹਦੀ ਵਜ੍ਹਾ ਅੱਖੀਆਂ ਹੀ ਬਣਦੀਆਂ ਇੱਕ ਉਰਦੂ ਦਾ ਸ਼ੇਰ ਮਸਲਨ ਮੈਨੂੰ ਯਾਦ ਆ ਰਿਹਾ ਹੈ ਕਿ ਦੇਖਾ ਜੋ ਹਸਨ ਯਾਰ ਤਬੀਅਤ ਮਚਲ ਗਈ ਅੱਖੋਂ ਕਾ تھا ਕਸੂਰ ਛੁਰੀ ਦਿਲ ਤੇ ਚੱਲ ਗਈ ਯਾਨੀ ਮਹਿਬੂਬ ਦੇ ਹੁਸਨ ਨੂੰ ਵੇਖਿਆ ਤੇ ਅੱਖੀਆਂ ਨੇ ਲੇਕਿਨ ਬੇਤਾਬ ਪਰੇਸ਼ਾਨ ਦਿਲ ਹੋ ਗਿਆ ਉਹਦਾ ਖੁਮਿਆਜ਼ਾ ਜਿਹੜਾ ਨਾ ਕੀਤਾ ਅੱਖੀਆਂ ਦਾ ਉਹਦਾ ਖੁਮਿਆਜ਼ਾ ਜਿਹੜਾ ਹੈ ਉਹ ਦਿਲ ਨੂੰ ਭੁਗਤਣਾ ਪੈਂਦਾ ਹੈ ਜ਼ਿਹਨੀ ਤੌਰ ਤੇ ਬੰਦਾ ਪਰੇਸ਼ਾਨ ਹੋ ਜਾਂਦਾ ਹੈ ਮਹਿਬੂਬ ਹੱਸ ਕੇ ਵੇਖ ਲਵੇ ਤੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਸ਼ਾਦਮਾਨੀਆਂ ਤੇ ਮਸਰਰਤਾ ਭਰ ਜਾਂਦੀਆਂ ਨੇ ਤੇ ਜ਼ਰਾ ਜਿੰਨਾ ਜੇ ਮਹਿਬੂਬ ਦਾ ਮਾਸ਼ੂਕ ਦਾ ਰਵਈਆ ਨਫੀ ਨਜ਼ਰ ਆਵੇ ਤੇ ਬੰਦੇ ਦੀ ਸਾਰੀ ਜ਼ਿੰਦਗੀ ਜਿਹੜੀ ਹੈ ਸਾਰਾ ਜਿਸਮ ਜਿਹੜਾ ਜਿਸਮ ਦੇ तमाम ਅਜ਼ਾ ਜਿਹੜੇ ਨੇ ਉਹਨਾਂ ਨੂੰ ਰੋਣਾ ਪਿੱਟਣਾ ਤੇ ਸਿਆਪਾ ਪੈ ਜਾਂਦਾ ਇੱਕ ਹੋਰ ਪੰਜਾਬੀ ਦਾ ਮੈਨੂੰ ਚੋ ਮਿਸਰਾ ਇਸ ਮੌਕੇ ਦੇ ਉੱਤੇ ਯਾਦ ਆ ਗਿਆ ਕਿਸੇ ਸ਼ਾਇਰ ਨੇ ਖੂਬ ਲਿਖਿਆ ਇੱਕ ਦਿਨ ਦਿਲ ਗੁੱਸੇ ਵਿੱਚ ਆ ਕੇ ਅੱਖੀਆਂ ਨੂੰ ਇਹ ਕਹਿੰਦਾ ਨਹੀਂ ਲੜਦੀਆਂ ਤੁਸੀਂ ਤੇ ਫੜ ਲਿਆ ਮੈਨੂੰ ਇਹ ਇਨਸਾਫ ਕੀ ਕਹਿੰਦਾ ਤੇ ਅੱਖੀਆਂ ਆਖਿਆ ਅਸੀਂ ਤੇ ਲੜਦੀਆਂ ਦੂਰੋਂ ਦੂਰੀ ਸੱਜਣਾ ਤੂੰ ਤੇ ਜਾ ਕੇ ਅਗਲੇ ਘਰ ਦਾ ਬੂਹਾ ਹੀ ਮਲ ਬੈਂਦਾ ਯਾਨੀ ਮੁਪਤਲਾਏ ਇਸ਼ਕ ਦਿਲ ਜਾਂ ਦਿਮਾਗ ਉਦੋਂ ਹੀ ਹੁੰਦੇ ਨੇ ਜਦੋਂ ਇbtida ਅੱਖੀਆਂ ਵੱਲੋਂ ਹੁੰਦੀ ਹੈ ਯਾਨੀ ਆਗਾਜ਼ ਜਿਹੜਾ ਨਾ ਇਸ਼ਕ ਦੀਆਂ ਮਸਰਰਤਾਂ ਦਾ ਜਾਂ ਇਸ਼ਕ ਦੇ ਵਿੱਚ ਪੇਸ਼ ਆਣ ਵਾਲੀਆਂ ਔਕੜਾਂ ਦਾ ਅੱਖੀਆਂ ਵੱਲੋਂ ਹੀ ਹੁੰਦਾ ਤੇ حضرت ਮਾਦੂ ਲਾਲ ਹੁਸੈਨ ਵੀ ਇਹੀ ਪੇ ਫਰਮਾਉਂਦੇ ਨੇ ਕਿ ਮੈਂ ਜਿਸ ਮੁਕਾਮ ਤੱਕਰ ਪਹੁੰਚ ਚੁਕੀ ਆਂ ਜਿਸ ਕਾਫੀਅਤ ਦੇ ਨਾਲ ਦੋ ਚਾਰ ਆਂ ਇਹਦਾ ਸਬਬ ਮੇਰੀਆਂ ਅੱਖਾਂ ਨੇ ਨਹੀਂ ਸਈਓ ਅਸੀਂ ਨੈਨਾ ਦੇ ਆਖੇ ਲੱਗੇ ਮੈਂ ਆਪਣੀਆਂ ਅੱਖੀਆਂ ਦੇ ਆਖੇ ਲੱਗ ਕੇ ਉਹਨਾਂ ਦੀ ਗੱਲ ਮੰਨ ਕੇ ਇਸ ਮੁਕਾਮ ਤਾਈਂ ਆ ਪਹੁੰਚੀ ਆਂ ਇਸ਼ਕ ਦੇ ਵਿੱਚ ਜਿਹੜਾ ਐਸ ਵੇਲੇ ਮੇਰਾ ਮੁਕਾਮ ਹੈ ਅਸ ਵੇਲੇ ਇਸ਼ਕ ਦੇ ਵਿੱਚ ਮੈਂ ਜਿਸ ਕਾਫੀਅਤ ਦੇ ਨਾਲ ਦੋ ਚਾਰ ਆਂ ਇਹ ਸਾਰੀ ਇਹਦੀ ਵਜ੍ਹਾ ਮੇਰੀਆਂ ਅੱਖਾਂ ਨੇ ਨਾ ਮੈਂ ਅੱਖੀਆਂ ਦੀ ਮੰਨਦੀ ਤੇ ਨਾ ਮੈਂ ਇਸ ਥਾਂ ਤੱਕ ਪੁੱਜਦੀ ਅੱਗੋ ਅਗਲੇ ਮਸਰੇ ਦੇ ਵਿੱਚ ਆਪਣਾ ਮੁਕਾਮ ਤੇ ਮਰਤਬਾ ਪੱਕਾ ਲੀਅਰ ਕਰਦੇ ਨੇ ਜਿਹੜਾ ਮੈਂ ਤੁਹਾਡੀ ਅੱਗੇ ਤੁਹਾਡੇ ਅੱਗੇ ਮੈਂ ਅਰਜ਼ ਕੀਤੀ ਏ ਆਪ ਜਿਹੜੇ ਇਸ਼ਕ ਦੀ ਗੱਲ ਕਰ ਰਹੇ ਨੇ ਉਹ ਇਸ਼ਕੇ ਹਕੀਕੀ ਦੀ ਬਾਤ ਹੈ ਅਗਲੇ ਮਸਰੇ ਚ ਕਾਫੀ ਦੇ ਵਿੱਚ ਫਰਮਾਉਂਦੇ ਨੇ ਜਿਨ੍ਹਾਂ پاک ਨਿਗਾਹਾਂ ਹੋਈਆਂ ਉਹ ਕਦੇ ਨਾ ਜਾਂਦੇ ਠੱਗੇ ਜਿਨ੍ਹਾਂ ਆਪਣੀਆਂ ਅੱਖਾਂ ਨੂੰ پاک ਕਰ ਲਿਆ ਜਿਨ੍ਹਾਂ ਅੱਲਾਹ پاک ਦੀ عظیم ਤਰੀਨ ਨੇਮਤ ਇਹ ਨਜ਼ਰ ਬਸਾਰਤ ਇਹ ਅੱਖੀਆਂ ਇਹ ਉਸ ਖਾਲਕ ਕਾਇਨਾਤ ਦੀ ਬਹੁਤ ਵੱਡੀ ਨੇਮਤ ਨੇ ਜਿਨ੍ਹਾਂ ਇਸ ਨੇਮਤ ਦਾ ਜਾਇਜ਼ ਇਸਤੇਮਾਲ ਕੀਤਾ ਜਿਨ੍ਹਾਂ ਆਪਣੀਆਂ ਨਿਗਾਹਾਂ ਨੂੰ ਪਾਕ ਕਰ ਲਿਆ ਜਿਨ੍ਹਾਂ ਪਾਕ ਨਿਗਾਹਾਂ ਹੋਈਆਂ ਉਹ ਕਦੇ ਨਾ ਜਾਂਦੇ ਠੱਗੇ ਉਹ ਕਦੀ ਲੁੱਟੇ ਨਹੀਂ ਜਾ ਸਕਦੇ ਹਿਆਤੀ ਦੇ ਵਿੱਚ ਧੋਖਾ ਨਹੀਂ ਖਾ ਸਕਦੇ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਉਹਨਾਂ ਨੂੰ ਕੋਈ ਮੁਸੀਬਤ ਕੋਈ ਔਕੜ ਕੋ ਪਰੇਸ਼ਾਨੀ ਨਹੀਂ ਆਉਂਦੀ ਜਿਨ੍ਹਾਂ پاک ਨਿਗਾਹਾਂ ਹੋਈਆਂ ਉਹ ਕਦੇ ਨਾ ਜਾਂਦੇ ਠੱਗੇ ਅੱਲਾਹ پاک ਦੀ ਏਡੀ ਵੱਡੀ ਨੇਮਤ ਤੇ ਬਸਾਰਤ ਪਿਆਰੇ ਸੱਜਣੋ ਤੇ ਮਿੱਤਰੋ ਜਿਹੜੇ نابینا ਲੋਕ ਨੇ ਬਿਨਾਈ ਤੋਂ ਮਹਿਰੂਮ ਨੇ ਉਹਨਾਂ ਤੋਂ ਪੁੱਛ ਕੇ ਵੇਖੋ ਕਿ ਜਿਹਨੂੰ ਨਜ਼ਰ ਨਹੀਂ ਆਉਂਦਾ ਉਦੋਂ ਤੇ ਕੀ ਬੀਤਦੀ ਮੈਨੂੰ ਅੱਲਾ ਪਾਕ ਦੇ ਹੁਕਮ ਨਾਲ ਮੌਕਾ ਮਿਲਿਆ ਮੈਂ ਪਾਕਿਸਤਾਨ ਆਰਮੀ ਦੇ ਵਿੱਚ ਭਰਤੀ ਹੋਣ ਦੇ ਵਾਸਤੇ ਐਗਜ਼ਾਮ ਦਿੱਤੇ ਉੱਥੇ ਜਦੋਂ ਮੈਡੀਕਲ ਟੈਸਟ ਕਰਵਾਉਣ ਵਾਸਤੇ ਮੈਂ ਆਪਣਾ ਚੈੱਕਅਪ ਕਰਦੇ ਨੇ ਮੈਡੀਕਲ ਵੀ ਟੈਸਟ ਲੈਂਦੇ ਨੇ ਪਾਕਿਸਤਾਨ ਆਰਮੀ ਚ ਜਦੋਂ ਲੈਫਟ ਹੈਂਡ ਭਰਤੀ ਕਰਦੇ ਨੇ ਕਿਸੇ ਨੂੰ ਤੇ ਮੈਂ ਉੱਥੇ ਗਿਆ ਆਪਣਾ ਮੈਡੀਕਲ ਬੋਰਡ ਕਰਵਾਉਣ ਵਾਸਤੇ ਤੇ ਉੱਥੇ ਪਿਆਰੇ ਵੇਖਣ ਵਾਲਿਓ ਉਹਨਾਂ ਨੇ ਮੈਨੂੰ ਮੁxtਲਿਫ ਛੋਟੀਆਂ ਛੋਟੀਆਂ ਚੀਜ਼ਾਂ ਮਸਲਨ ਸੇਬ ਸੀ ਕੇਲਾ ਸੀ ਨਾਸ਼ਪਾਤੀ ਇਸ ਤਰ੍ਹਾਂ ਦੇ ਮੁxtਲਿਫ ਫਲ ਸਨ ਉਹਨਾਂ ਦੀਆਂ ਤਸਵੀਰਾਂ ਬਣੀਆਂ ਹੋਈਆਂ ਸਨ ਤੇ ਉਹ ਡਾਕਟਰ ਸਾਹਿਬ ਜਿਹੜਾ ਮੇਰਾ ਚੈੱਕਅਪ ਕਰ ਰਹੇ ਸਨ ਮੈਡੀਕਲ ਮੇਰਾ ਕਰ ਰਹੇ ਸਨ ਟੈਸਟ ਉਹਨਾਂ ਮੈਨੂੰ ਉਹਨਾਂ ਦੇ ਰੰਗ ਪੁੱਛੇ ਉਹਨਾਂ ਆਖਿਆ ਜੀ ਇਹ ਨਾਸ਼ਪਾਤੀ ਦਾ ਕਿਹੜਾ ਰੰਗ ਹੈ ਇਹ ਸੇਬ ਦਾ ਕਿਹੜਾ ਰੰਗ ਹੈ ਮੈਨੂੰ ਅੱਜ ਤੱਕ ਯਾਦ ਏ ਕਿ ਮੈਂ ਜਿਸ ਵੇਲੇ ਬਾਹਰ ਆ ਗਿਆ ਉੱਥੇ ਮੈਂ ਜਸਾਰਤ ਨਹੀਂ ਕੀਤੀ ਉम्मे ਜੇ ਡਾਕਟਰ ਸਾਹਿਬ ਨੂੰ ਪੁੱਛਣ ਦੀ ਕਿ ਜਨਾਬ ਇਹ ਐਡੇ ਛੋਟੇ-ਛੋਟੇ ਪਹਿਲੀ ਜਮਾਤ ਦੇ ਬੱਚਿਆਂ ਵਾਲੇ ਸਵਾਲ ਨੇ ਵੀ ਇਹ ਕਿਹੜਾ ਰੰਗ ਹੈ ਨਾਸ਼ਪਤੀ ਗ੍ਰੀਨ ਹੈ ਐ ਸੇਬ ਜਿਹੜਾ ਇਹ ਸੁਰਖੇ ਤੇ ਮੈਂ ਇਹ ਉੱਥੇ ਤੇ ਨਹੀਂ ਜਸਾਰਤ ਕੀਤੀ ਉਹਨਾਂ ਨੂੰ ਪੁੱਛਣ ਦੀ ਮੇਰੇ ਇੱਕ ਭਾਈ ਡਾਕਟਰ ਸਨ ਮੈਂ ਉਹਨਾਂ ਨੂੰ ਆ ਕੇ ਪੁੱਛਿਆ ਮੈਂ ਕਹ ਰਿਹਾ ਐਡੇ ਐਡੇ ਛੋਟੇ ਬੱਚਿਆਂ ਵਾਲੇ ਸਵਾਲ ਉੱਤੇ ਉਹਨਾਂ ਮੈਨੂੰ ਕੀਤੇ ਨੇ ਕਿ ਇਹ ਕਿਹੜਾ ਰੰਗ ਹੈ ਤੇ ਇਹ ਕਿਹੜਾ ਰੰਗ ਹੈ ਉਹ ਮੇਰੇ ਭਾਈ ਜਿਹੜੇ ਡਾਕਟਰ ਸਨ ਉਹਨਾਂ ਮੈਨੂੰ ਦੱਸਿਆ ਕਿ ਇਹ ਕਲਰ ਜਿਹੜੇ ਨੇ ਨਾ ਕਲਰਸ ਮੁxtਲਫ ਇਸ ਵਾਸਤੇ ਮੈਡੀਕਲ ਟੈਸਟ ਵਿੱਚ ਪੁੱਛੇ ਜਾਂਦੇ ਨੇ ਕਿ ਇਸ ਬੰਦੇ ਨੂੰ ਇਸ ਕੈਂਡੀਡੇਟ ਨੂੰ ਇਸ ਉਮੀਦਵਾਰ ਨੂੰ ਜਿਹੜਾ ਭਰਤੀ ਹੋਣ ਲਈ ਆਇਆ ਹੈ ਇਹਨੂੰ ਕਲਰ ਬਲਾਈਂਡਨੈਸ ਤੇ ਨਹੀਂ ਹੈਗੀ ਯਾਨੀ ਇਹ ਰੰਗਾਂ ਦਾ ਅੰਨਾ ਤੇ ਨਹੀਂ ਇਹਨੂੰ ਇਹ ਰੰਗਾਂ ਦੇ ਵਿੱਚ ਡਿਫਰੈਂਸ਼ੀਏਟ ਤਫਰੀਕ ਵੀ ਕਰ ਸਕਦਾ ਕਿ ਨਹੀਂ ਮਤਾਂ ਇਹ ਰੰਗਾਂ 'ਚ ਫਰਕ ਹੀ ਨਾ ਕਰ ਸਕਦਾ ਹੋਵੇ ਇਹਨੂੰ ਹਾਰਸ਼ ਐ ਬਲੈਕ ਐਂਡ ਵਾਈਟ ਹੀ ਨਜ਼ਰ ਆਂਦੀ ਹੋਵੇ ਤੇ ਪਿਆਰੇ ਵੇਖਣ ਵਾਲਿਓ ਮੈਨੂੰ ਫਿਰ ਉਸ ਆਪਣੇ ਭਰਾ ਡਾਕਟਰ ਕੋਲੋਂ ਸੁਣ ਕੇ ਪਤਾ ਲੱਗਾ ਕਿ ਉਸ عظیم خالਕ ਕਾਇਨਾਤ ਦਾ ਕਿੰਨਾ ਵੱਡਾ ਆਪਣੇ ਇਨਸਾਨਾਂ ਦੇ ਉੱਤੇ ਕਰਮ ਹੈ ਕਿ ਇੱਕ ਅੱਲਾ ਪਾਕ ਨੇ ਸਾਨੂੰ ਬਸਾਰਤ ਅਨਾਇਤ ਕੀਤੀ ਬਿਨਾਈ ਦਿੱਤੀ ਅਸੀਂ ਦੇਖ ਸਕਨੇ ਆ ਔਰ ਦੂਸਰੀ ਵੱਡੀ ਗੱਲ ਹੈ ਜੇ ਕਿ ਅਸੀਂ ਹਰ ਚੀਜ਼ ਨੂੰ ਉਹਦੇ ਅਸਲ ਰੰਗ ਦੇ ਵਿੱਚ ਵੇਖ ਸਕਨੇ ਆ ਉਹ ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਕੁਝ ਐਸੇ ਲੋਕ ਵੀ ਹੁੰਦੇ ਨੇ ਅੱਲਾਹ ਪਾਕ ਸਭ ਤੇ ਇਹਸਾਨ ਕਰੇ ਕਿ ਜਿਹੜੇ ਕਲਰ ਬਲਾਈਂਡ ਹੁੰਦੇ ਨੇ ਔਰ ਉਹ ਰੰਗਾਂ ਦੇ ਵਿੱਚ ਤਫਰੀਕ ਹੀ ਨਹੀਂ ਕਰ ਸਕਦੇ ਨਜ਼ਰ ਉਹਨਾਂ ਨੂੰ ਆ ਰਿਹਾ ਹੁੰਦਾ ਲੇਕਿਨ ਉਹਨਾਂ ਨੂੰ ਹਰ ਸ਼ੈ ਬਲੈਕ ਐਂਡ ਵਾਈਟ ਹੀ ਨਜ਼ਰ ਆਂਦੀ ਏ ਜਿਵੇਂ ਕਦੀ ਬਲੈਕ ਐਂਡ ਵਾਈਟ ਫਿਲਮਾਂ ਚੱਲਦੀਆਂ ਹੁੰਦੀਆਂ ਸਨ ਤੇ ਜਿਹੜਾ ਮਰਜ਼ੀ ਹੀਰੋ ਨੇ ਜਾਂ ਹੀਰੋਇਨ ਨੇ ਕਪੜਾ ਪਾਇਆ ਹੁੰਦਾ ਸੀ ਸਾਨੂੰ ਬਲੈਕ ਐਂਡ ਵਾਈਟ ਹੀ ਨਜ਼ਰ ਆਉਂਦਾ ਸੀ ਜਾਂ ਚਿੱਟਾ ਤੇ ਜਾਂ ਕਾਲਾ ਤੇ ਹਰ ਕਲਰ ਜਿਹੜਾ ਹੈ ਉਹਦਾ ਨਜ਼ਰ ਆਣਾ ਵੀ ਅੱਲਾ ਪਾਕ ਦੀ ਇੱਕ ਨੇਮਤ ਹੈ ਤੇ ਅੱਖਾਂ ਅੱਲਾ ਪਾਕ ਦੀ ਬਹੁਤ ਵੱਡੀ ਨੇਮਤ ਨੇ ਤੇ ਅੱਖਾਂ ਨੂੰ ਅੱਲਾ ਪਾਕ ਦੇ ਨੇਕ ਬੰਦੇ ਆ ਨੇ ਸਾਡੇ ਪਿਆਰੇ ਨਬੀ ਪਾਕ ਨੇ ਜਿਨ੍ਹਾਂ ਨੇ ਹਮੇਸ਼ਾ ਹੁਕਮ ਦਿੱਤਾ ਸਾਨੂੰ ਕਿ ਅਤੀ ਉੱਲਾਹ ਵਾ ਅਤੀ ਅਰਸੂਲ ਅੱਲਾਹ ਪਾਕ ਦੀ ਹਰ ਨੇਮਤ ਨੂੰ ਅੱਲਾਹ ਪਾਕ ਦੇ ਤੇ ਨਬੀ ਪਾਕ ਦੇ ਦੱਸੇ ਹੋਏ ਹੁਕਮਾਂ ਦੇ ਮੁਤਾਬਕ ਇਸਤੇਮਾਲ ਕਰਨਾ ਮੁਸਲਮਾਨ ਦਾ ਫਰਜ਼ ਹੈ ਹੁਣ ਸੂਫੀਆ ਕਿਉਂ ਫਰਮਾਉਂਦੇ ਨੇ ਕਿ ਨਿਗਾਹਾਂ ਨੂੰ ਪਾਕ ਰੱਖੋ ਜਿਵੇਂ حضرت ਸ਼ਾਹ ਹੁਸੈਨ ਪੈ ਫਰਮਾਉਂਦੇ ਨੇ ਜਿੰਨਾ پاک ਨਿਗਾਹਾਂ ਹੋਈਆਂ ਉਹ ਕਦੇ ਨਾ ਜਾਂਦੇ ਠੱਗੇ ਨਿਗਾਵਾਂ ਨੂੰ پاک ਇਸ ਤਰ੍ਹਾਂ ਸੀ ਰੱਖ ਸਕਦੇ ਆ ਭਈ ਕਿਸੇ ਨੂੰ ਅੱਲਾਹ پاک ਦੇ ਕਿਸੇ ਜੀ ਨੂੰ ਕਿਸੇ ਇਨਸਾਨ ਨੂੰ ਇੱਕ ਤੇ ਪਿਆਰੇ ਵੇਖਣ ਵਾਲਿਓ ਉਹਨੂੰ ਹਕਾਰਤ ਦੀ ਨਜ਼ਰ ਨਾਲ ਨਹੀਂ ਦੇ ਦੇਖੀਗੇ एक बड़ा ही सोहना शेर फिर मैनू याद आ गया है उर्दू का शेर है भाई अब आदमी कुछ और हमारी नज़र में है जब से सुना है यार लिबास बशर में है जदों का मैं ये सुनया कि अल्लाह पाक सचे साहेब का प्यारा महबूब अल्लाह पाक दे यार हज़रत मुहमद मुस्तफ़ा सल्लल्लाहु अलैहि अलह वाले ही ਵੋ ਅਸਹਾਬਹਿ ਵਾਜ਼ ਵਾਜ਼ਹੀ ਬਾਰਕ ਵਸੱਲਮ ਇਨਸਾਨੀ ਲਿਬਾਸ ਚਾਏ ਸਨ ਇਸੇ ਤਰ੍ਹਾਂ ਹੀ ਇਨਸਾਨ ਦੇ ਲਿਬਾਸ ਦੇ ਵਿੱਚ ਆਪ ਮਜਸਮ ਹੋ ਕੇ ਦੁਨੀਆ ਤੇ ਤਸ਼ਰੀਫ ਲਿਆਏ ਸਨ ਉਦੋਂ ਦਾ ਮੈਂ ਹਰ ਇਨਸਾਨ ਦਾ ਅਦਬ ਕਰਨਾ ਹਰ ਇਨਸਾਨ ਮੇਰੇ ਲਈ ਮਹਤਰਮ ਹੈ ਕਿ ਇਸ ਜਿਸਮ ਵਿੱਚ ਇਸੇ ਹੀ ਬਦਨ ਵਾਂ ਦੇ ਵਿੱਚ ਸਾਡੇ ਪਿਆਰੇ ਨਬੀ ਪਾਕ ਵੀ ਆਏ ਸਨ ਇਸੇ ਤਰ੍ਹਾਂ ਦਾ ਹੀ ਬਦਨ ਮੁਬਾਰਕ ਉਹਨਾਂ ਦਾ ਵੀ ਸੀ ਤੇ ਇੱਕ ਤੇ ਕਿਸੇ ਨੂੰ ਤਹਿਕੀਰ ਦੀ ਹਕਾਰਤ ਦੀ ਨਜ਼ਰ ਨਾਲ ਨਹੀਂ ਵੇਖਣਾ ਦੂਸਰਾ ਆਪਣੀਆਂ ਅੱਖਾਂ ਜਿਹੜੀਆਂ ਨੇ ਇਹਨਾਂ ਦਾ ਬੁਰਾ ਇਸਤੇਮਾਲ ਨਹੀਂ ਕਰਨਾ ਯਾਨੀ ਕਿ ਕਿਸੇ ਨੂੰ ਗੰਦੀ ਨਜ਼ਰ ਨਾਲ ਨਹੀਂ ਦੇਖਣਾ ਬਿਲਖਸੂਸ ਖਵਾਤੀਨ ਜਿਹੜੀਆਂ ਨੇ ਉਹਨਾਂ ਨੂੰ ਬੁਰੀ ਨਜ਼ਰ ਨਾਲ ਨਾ ਦੇਖਿਆ ਜਾਏ ਛੇਵਤ ਭਰੀਆਂ ਨਜ਼ਰਾਂ ਨਾਲ ਨਾ ਕਿਸੇ ਵੱਲ ਵੇਖਿਆ ਜਾਏ ਤੀਸਰੀ ਗੱਲ ਸੂਫੀਆਤ ਫੁਕਾਰਾ ਫਰਮਾਉਂਦੇ ਨੇ ਕਿ ਨਿਗਾਹਾਂ ਨੂੰ پاک ਕਰਨ ਦੇ ਵਾਸਤੇ ਇੰਤਹਾਈ ਜ਼ਰੂਰੀ ਇਹ ਵੀ ਹੈ ਕਿ ਕਿਸੇ ਦੇ ਐਬ ਨਾ ਵੇਖੇ ਜਾਂ ਕਿਸੇ ਦੀ ਐਬ ਜੋਈ ਨਾ ਕੀਤੀ ਜਾਏ ਕਿਸੇ ਦੇ ਗੁਨਾਹਾਂ ਦੇ ਮਗਰ ਤਜਸਸ ਕਰਕੇ ਲੱਭ ਕੇ ਉਹਦੀ ਉਹਦੇ ਐਬ ਵੇਖਣਾ ਕਿਸੇ ਨੂੰ ਮਸਲਨ ਸਮੈਲ ਕੀਤੀ ਹੈ ਕਿਸੇ ਨਹੀਂ ਆ ਕਿਸੇ ਨੂੰ ਪਤਾ ਲੱਗਾ ਕਿ ਫਲਾਣੀ ਥਾਂ ਤੇ ਕੋ ਫਲਾਣਾ ਗਨਾਹ ਹੋ ਰਿਹਾ ਤੇ ਭੱਜ ਕੇ ਉਥੇ ਜਾ ਕੇ ਤੇ ਉਹਨੂੰ ਵੇਖਣਾ ਉਤੋਂ ਬੁਰਾਈ ਨੂੰ ਦੇਖਣਾ ਵੀ ਮਮਨੂ ਹੈ ਪਰਦਾ ਪੋਸ਼ੀ ਅੱਲਾ ਪਾਕ ਦਾ ਹੁਕਮ ਹੈ ਮੇਰੇ ਆਕਾ ਦਾ ਔਰ ਮੁਸਲਮਾਨ ਨੂੰ ਤਾਂ ਕਦੀ ਨਹੀਂ ਚਾਹੀਦਾ ਕਿ ਆਪਣੇ ਕਿਸੇ ਮੁਸਲਮਾਨ ਭਾਈ ਦੀ ਐਬ ਜੋਈ ਉਹਦੇ ਐਬ ਵੇਖੇ ਉਹਦੇ ਐਬ ਤਲਾਸ਼ ਕਰਦਾ ਰਹੇ ਇਸੇ ਤਰ੍ਹਾਂ ਅੱਖਾਂ ਦੇ ਬਹੁਤ ਸਾਰੇ ਗੁਨਾਹ ਹਨ ਜਿਨ੍ਹਾਂ ਦੀ ਫਰਿਸ਼ਤ ਬਹੁਤ ਜ਼ਿਆਦਾ ਤਵੀਲ ਹੈ ਉਹ ਸਾਰੀਆਂ ਗੱਲਾਂ ਇਸ ਆਪਣੇ ਛੋਟੇ ਜਿਹੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ ਤੇ ਅਸੀਂ ਕਾਫੀ ਦੇ ਮوضوع ਤੋਂ ਹਟ ਜਾਾਂਗੇ ਅੱਖਾਂ ਦਾ المختصر ਇਹ ਚਾਹਨੇ ਆ ਤੁਹਾਡੀ ਸੇਵਾ ਦੇ ਵਿੱਚ ਅਰਜ਼ੇ ਕਰਨਾ ਚਾਹਨੇ ਆ ਕਿ ਜਿਨ੍ਹਾਂ پاک ਨਿਗਾਹਾਂ ਹੋਈਆਂ ਉਹ ਕਦੇ ਨਾ ਜਾਂਦੇ ਠੱਗੇ ਹਸਦ ਦੀ ਹਸਰਤ ਦੀ ਬੁਰੀ ਨਜ਼ਰ ਨਾਲ ਸ਼ੈਵਤ ਦੀ ਨਜ਼ਰ ਨਾਲ ਕਿਸੇ ਵੱਲ ਨਾ ਵੇਖੇ ਨਗਾਹ ਨੂੰ ਪਾਕ ਰੱਖੇ ਮੁਸਲਮਾਨ ਔਰ ਇੱਕ ਸੂਫੀ ਬਤੌਰੇ ਖਾਸ ਤੇ ਦੁਨੀਆ ਦੇ ਵਿੱਚ ਵੀ ਔਰ ਆਖਰਤ ਦੇ ਵਿੱਚ ਵੀ ਕਾਮਯਾਬੀਆਂ ਹੀ ਕਾਮਯਾਬੀਆਂ ਨੇ ਉਹਨੂੰ ਕਦੀ ਘਾਟਾ ਨਹੀਂ ਪਏਗਾ ਉਹ ਕਦੀ ਠੱਗਿਆ ਨਹੀਂ ਜਾਏਗਾ ਲੁੱਟਿਆ ਨਹੀਂ ਜਾਏਗਾ ਜਿਦਿਆਂ ਨਜ਼ਰਾਂ ਪਾਕ ਹੋ ਗਈਆਂ ਉਹਨੂੰ ਨਾ ਦੁਨੀਆਂ ਦੇ ਵਿੱਚ ਕੋਈ ਸ਼ਰਮਿੰਦਗੀ ਕੋਈ ਘਾਟਾ ਕੋਈ ਮੁਸੀਬਤ ਕੋ ਪ੍ਰੇਸ਼ਾਨੀ ਹੈ ਤੇ ਅੱਲਾਹ ਪਾਕ ਸੱਚੇ ਸਾਹਿਬ ਦੇ ਹਜ਼ੂਰ ਵੀ ਜਦੋਂ ਜਾ ਕੇ ਪੇਸ਼ ਹੋਵੇਗਾ ਤੇ ਅੱਲਾਹ ਪਾਕ ਦੀਆਂ ਰਹਿਮਤਾਂ ਉਹਦੇ ਉੱਤੇ ਛਾਂ ਕਰਨਗੀਆਂ ਜਿਨ੍ਹਾਂ پاک ਨਿਗਾਹਾਂ ਹੋਈਆਂ ਉਹ ਕਦੇ ਨਾ ਜਾਂਦੇ ਠੱਗੇ ਕਦੇ ਤੋਂ ਮੁਰਾਦ ਦੀਨ ਦੁਨੀਆਂ ਆਖਰਤ ਤੱਕ ਉਨੂੰ ਘਾਟਾ ਕੋਈ ਨਹੀਂ ਤੇ ਕਾਲੇ ਪੱਟ ਨਾ ਚੜੇ ਸਫੇਦੀ ਕਾਗ ਨਾ ਥਿੰਦੇ ਬੱਗੇ ਬੜੀ ਖੂਬਸੂਰਤੀ ਦੇ ਨਾਲ ਸ਼ਾਹ ਹੁਸੈਨ ਬੇ ਫਰਮਾਉਂਦੇ ਨੇ ਕਿ ਫਿਤਰਤਾ ਨਹੀਂ ਬਦਲਦੀਆਂ ਅਸਲੀਅਤ ਉਹੋ ਹੀ ਰਹਿੰਦੀ ਹੈ ਨੇਚਰ ਜਿਹੜੀ ਉਹ ਚੇਂਜ ਨਹੀਂ ਹੁੰਦੀ ਕਾਲੇ ਰੇਸ਼ਮ ਦੇ ਉੱਤੇ ਸਫੈਦੀ ਨਹੀਂ ਚੜ ਸਕਦੀ ਕਾਲੇ ਪੱਟ ਨਾ ਚੜੇ ਸਫੇਦੀ ਤੇ ਕਾਗ ਨਾ ਥੀਂਦੇ ਬੱਗੇ ਤੇ ਕਾਂ ਕਦੀ ਚਿੱਟੇ ਨਹੀਂ ਹੋਏ ਹੁਣ ਇਹ ਗੱਲ ਜਿਹੜੀ ਹੈ ਯੂਨੀਵਰਸਲ ਟਰੂਥ ਤੇ ਨਹੀਂ ਰਹੀ ਕਈ ਇਲਾਕੇ ਐਸੇ ਦਰਿਆਫਤ ਹੋਏ ਨੇ ਜਿੱਥੇ ਸੁਣਿਆ ਕਾਂ ਜਿਹੜੇ ਨੇ ਉਹ ਵੀ ਚਿੱਟੇ ਹੁੰਦੇ ਨੇ ਪਾਏ ਜਾਂਦੇ ਨੇ ਕੁਝ ਬਰਫਾਨੀ ਇਲਾਕੇ ਐਸੇ ਨੇ ਇਸੇ ਤਰ੍ਹਾਂ ਕਾਲੇ ਰੇਸ਼ਮ ਨੂੰ ਸਫੇਦ ਕਰਨ ਵਾਸਤੇ ਵੀ ਬਹੁਤ ਸਾਰੇ ਕੈਮੀਕਲਜ਼ ਹੁਣ ਨਿਕਲ ਆਏ ਨੇ ਲੇਕਿਨ ਸ਼ਾਹ ਹੁਸੈਨ ਨੇ ਜਦੋਂ ਇਹ ਸ਼ੇਰ ਲਿਖਿਆ ਸੀ ਉਦੋਂ ਇਸ ਉਸ ਵਕਤ ਦੀ ਸਭ ਤੋਂ ਵੱਡੀ ਹਕੀਕਤ ਇਹ ਹੀ ਸੀ ਕਿ ਕਾਲਾ ਰੇਸ਼ਮ ਜਿਹੜਾ ਉਹਨੂੰ ਚਿੱਟਾ ਨਹੀਂ ਸੀ ਕੀਤਾ ਜਾ ਸਕਦਾ ਤੇ ਨਾ ਹੀ ਕਾਂ ਚਿੱਟੇ ਕਿਸੇ ਵੇਖੇ ਸਨ ਉਦੋਂ ਤਾਈਂ ਦਰਿਆਫਤ ਨਹੀਂ ਸਨ ਹੋਏ ਬਾਸ ਚੀਜ਼ਾਂ ਵਕਤ ਦੇ ਨਾਲ-ਨਾਲ ਡਿਸਕਵਰ ਹੋਈਆਂ ਨੇ ਔਰ ਸਾਨੂੰ ਪਤਾ ਲੱਗੀਆਂ ਨੇ ਯਾਨੀ ਅਲਕਸਾਇਹ ਕਹਿਣਾ ਚਾਹੁੰਦੇ ਨੇ ਕਿ ਫਿਤਰਤਾ ਨਹੀਂ ਕਦੀ ਬਦਲੀਆਂ ਜਿਵੇਂ ਅਜ਼ਰ ਸਖੀ ਸੁਲਤਾਨੁ ਲਾਰਫੀਨ ਸੁਲਤਾਨ ਬਾਹੂਦਾਇਕ ਬੜਾ ਪਿਆਰਾ ਚੌਵੀ ਮਸਰਾ ਹੈ ਸੱਪਾਂ ਦੇ ਪੁੱਤਰ ਕਦੀ ਮਿੱਤਰ ਨਹੀਂ ਥੀਂਦੇ ਭਾਵੇਂ ਚੁੱਲੀਆਂ ਦੁੱਧ ਪਿਆਈਏ ਹੋ ਤੇ ਤੁਮੇ ਤਰਬੂਜ਼ ਬੂਲ ਨਾ ਥੀਂਦੇ ਭਾਵੇਂ ਤੋੜ ਮੱਕੇ ਲੈ ਜਾਈਏ ਹੋ ਤੇ ਕਾਵਾਂ ਦੇ ਬੱਚੇ ਕਦੀ ਹੰਸ ਨਹੀਂ ਥੀਂਦੇ ਭਾਵੇਂ ਮੋਤੀਆਂ ਚੋਗ ਚੁਗਾਈਏ ਹੋ ਤੇ ਕੌੜੇ ਖੂ ਨਾ ਮਿੱਠੇ ਹੁੰਦੇ ਹਜ਼ਰਤ ਬਾਹੂ ਭਾਵੇਂ ਸਹਿ ਮਨਾ ਗੁੜ ਪਾਈਏ ਹੋ ਹਜ਼ਰਤ ਸੁਲਤਾਨੁਲ ਆਰਫੀਨ ਫਰਮਾ ਰਹੇ ਨੇ ਕਿ ਸੱਪ ਦੀ ਫਿਤਰਤ ਦੇ ਵਿੱਚ ਡਸਣਾ ਸੱਪਾਂ ਦੇ ਪੁੱਤਰ ਕਦੀ ਮਿੱਤਰ ਨਹੀਂ ਹੁੰਦੇ ਭਾਵੇਂ ਚੁੱਲੀਆਂ ਆਪਣੀਆਂ ਬੁੱਕਾਂ ਦੇ ਵਿੱਚ ਇੱਥੇ ਦੁੱਧ ਪਾ ਪਾ ਕੇ ਉਹਨਾਂ ਦੇ ਮੂੰਹਾਂ 'ਚ ਪਿਆਈਏ ਉਹਨਾਂ ਨੂੰ ਉਹ ਫੇਰ ਵੀ ਜਦੋਂ ਮੌਕਾ ਮਿਲੇਗਾ ਜਿੰਨਕੀ ਫਿਤਰਤ ਮੇਂ ਹੈ ਉਹ ਦਸਣਾ ਉਹ ਦਸਾ ਕਰਦੇ ਐਸੀ ਤਰ੍ਹਾਂ ਫਰਮਾਉਂਦੇ ਨੇ ਕਿ ਤੁਮਾ ਇੱਕ ਛੋਟਾ ਜਿਹਾ ਫਲ ਹੁੰਦਾ ਕੌੜਾ ਜ਼ਹਿਰ ਹੁੰਦਾ ਫਰਮਾਉਂਦੇ ਨੇ ਕਿ ਤੁਮੇ ਉਹਦੀ ਸ੍ਰਿਸ਼ਤੇ 'ਚ ਕੜਵਾਹਟ ਤੁਮੇ ਦੀ ਤੁਮੇ ਤਰਬੂਜ਼ ਮੂਲ ਨਾ ਥੀਂਦੇ ਭਾਵੇਂ ਤੋੜ ਮੱਕੇ ਲੈ ਜਾਈਏ ਹੋ ਮੱਕੇ ਭਾਵੇਂ ਲੈ ਜਾਈਏ ਤੁਮਾਂ ਤੁਮਾ ਹੀ ਰਹਿਣਾ ਉਹਨੇ ਤਰਬੂਜ਼ ਨਹੀਂ ਬਣ ਜਾਣਾ ਇਸੇ ਤਰ੍ਹਾਂ ਹੀ ਕਾਵਾ ਦੇ ਬੱਚੇ ਹੰਸ ਨਹੀਂ ਥੀਂਦੇ ਹੰਸ ਮੋਤੀ ਖਾਂਦਾ ਇੱਕ ਐਸਾ ਪੰਦਾ ਹੈ ਜਿਹੜਾ ਮੋਤੀ ਖਾਂਦਾ ਹੈ ਤੇ ਉਹ ਕਹਿੰਦੇ ਨੇ ਕਿ ਕਾਵਾਂ ਦੀ ਖੁਰਾਕ ਅਗਰ ਚੇ ਮੋਤੀ ਨਹੀਂ ਗਾ ਤੇ ਹੋਰ ਛੋਟੀਆਂ ਮੋਟੀਆਂ ਗੰਦੀਆਂ ਮੰਦੀਆਂ ਚੀਜ਼ਾਂ ਵੀ ਖਾ ਲੈਂਦੇ ਨੇ ਲੇਕਿਨ ਹੰਸ ਇੱਕ ਐਸਾ ਜਾਨਵਰ ਹੈ ਜਿਹੜਾ ਮੋਤੀ ਚੁਗਦਾ ਮੋਤੀ ਤੇ ਫਰਮਾਨਦਾ ਨੇ ਵੀ ਕਿ ਕਾਵਾ ਦੇ ਬੱਚੇ ਕਦੀ ਹੰਸ ਨਹੀਂ ਥੀਂਦੇ ਭਾਵੇਂ ਮੋਤੀਆਂ ਚੋਗ ਚੁਗਾਈਏ ਹੋ ਹੁਣ ਕਾਵਾ ਦੇ ਬੱਚਿਆਂ ਨੂੰ ਤੁਸੀਂ ਮੋਤੀ ਖਵਾਨ ਲੱਗ ਪੋ ਤੇ ਇਹ ਆਸ ਰੱਖੋ ਪਈ ਇਹ ਕਾਂ ਜਿਹੜੇ ਨੇ ਇਹਨਾਂ ਦੇ ਬੱਚੇ ਕੱਲ ਨੂੰ ਹੰਸ ਬਣ ਜਾਣਗੇ ਤੇ ਇਹ ਨਹੀਂ ਕਦੀ ਹੋਣਾ ਇਸੇ ਤਰ੍ਹਾਂ ਹੀ ਫਰਮਾਨਾ ਨੇ ਕਿ ਕੌੜੇ ਖੂ ਨਾ ਮਿੱਠੇ ਹੁੰਦੇ ਹਜ਼ਰਤ ਬਾਹੂ ਭਾਵੇਂ ਸਹਿ ਮਨਾ ਗੁੜ ਪਾਈਏ ਯਾਨੀ ਫਿਤਰਤ ਅਸਲੀਅਤ ਸ੍ਰਿਸ਼ਟ ਚੇਂਜ ਨਹੀਂ ਹੁੰਦੀ ਉਹ ਅੱਲਾਹ ਪਾਕ ਦੇ ਹੁਕਮ ਨਾਲ ਹੀ ਬਦਲ ਸਕਦੀ ਏ ਜਿਵੇਂ ਅੱਗ ਅੱਲਾਹ ਪਾਕ ਦੇ ਹੁਕਮ ਦੇ ਨਾਲ ਹਜ਼ਰਤ ਇਬਰਾਹੀਮ ਦੇ ਵਾਸਤੇ ਗੁਲਜ਼ਾਰ ਬਣ ਗਈ ਫਿਤਰਤ ਚੇਂਜ ਕਰਨ ਵਾਸਤੇ ਹੁਕਮ ਰੱਬੀ ਚਾਹੀਦਾ ਹੈ ਅੱਲਾ ਪਾਕ ਦਾ ਹੁਕਮ ਹੋਵੇ ਜਾਂ ਉਹਦੇ ਕਿਸੇ ਵਲੀ ਦੀ ਕੋਈ ਖਾਸ ਦੁਆ ਹੋਵੇ ਉਹਦੇ ਕਿਸੇ ਨਬੀ ਦੀ ਕਿਸੇ ਪੈਗੰਬਰ ਦੀ ਕੋਈ ਮੌਜੂਜ਼ਾ ਜਾਂ ਕਰਾਮਤ ਹੋਵੇ ਤੇ ਉਹ ਹੋ ਸਕਦਾ ਹੈ ਫਿਤਰਤ ਚੇਂਜ ਹੋਵੇ ਅਦਰਵਾਈਜ਼ ਅਮੂਮੀ ਤੌਰ ਦੇ ਉੱਤੇ حضرت ਮਾਦੋ ਲਾਲ ਹੁਸੈਨ ਪਾ ਫਰਮਾਉਂਦੇ ਨੇ ਪੀ ਕਾਲੇ ਪੱਟ ਨਾ ਚੜੇ ਸਫੇਦੀ ਤੇ ਕਾਗ ਨਾ ਥਿੰਦੇ ਬੱਗੇ ਇੱਕ ਬਾਬਾਏ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਮਰਹੂਮ-ਏ-ਮਗਫੂਰ ਦੀ ਬੜੀ ਪਿਆਰੀ ਮੈਨੂੰ ਛੋਟੀ ਜੀ ਨਜ਼ਮ ਦੇ 3-4 ਸ਼ੇਰ ਯਾਦ ਆ ਗਏ ਨੇ ਫਰਮਾਉਂਦੇ ਨੇ ਕਿ ਕੰਡੇ ਨੂੰ ਫੁੱਲ ਆਖਣ ਲੱਗਾ ਨੋਕ ਸੰਭਾਲ ਖਲੋ ਫੁੱਲ ਨੇ ਕੰਡੇ ਨੂੰ ਆਖਿਆ ਕਿ ਆਪਣੀ ਨੋਕ ਨੂੰ ਸਾਂਭ ਕੰਡੇ ਨੂੰ ਫੁੱਲ ਆਖਣ ਲੱਗਾ ਨੋਕ ਸੰਭਾਲ ਖਲੋ ਮੁਰਮੜ ਚੁੱਬ ਨਾ ਵੈਰੀਆ ਨਾ ਕਰ ਐਡ ਧਰੋ ਝੋਨੇ ਨਾਲ ਹਵਾ ਦੇ ਮੈਂ ਜਿਹੜੇ ਪਾਸ ਪਵਾ ਲੈਂ ਵਿੱਚ ਸੂਈ ਨੋਕ ਦੀ ਉਸੇ ਪਾਸ ਪਰੋ ਨਾਲ ਆਪਣੇ ਸ਼ਰਮਿੰਦੇਆ ਮੇਰਾ ਵੇਖ ਸੁਲੂਕ ਸਹ ਸਹ ਚੋਬਾਂ ਤੇਰੀਆਂ ਮੈਂ ਵੰਡਨਾ ਖੁਸ਼ਬੋ ਕੰਡੇ ਅੱਗੋਂ ਆਖਿਆ ਗੱਲ ਸੁਨ ਫੁੱਲ ਮਲੂਕ ਗੱਲ ਅਸਲੇ ਤੇ ਮੁੱਕਦੀ ਅਸਲਾ ਹੋਵੇ ਜੋ ਚੁਬਨਾ ਤੇਰੇ ਆਖਿਆ ਛੱਡ ਦੇ ਨਾ ਵਾਂ ਮੈਂ ਮੇਰੇ ਆਖਿਆ ਛੱਡ ਦੇ ਤੂੰ ਵੰਡਨੀ ਖੁਸ਼ਬੋ ਯਾਨੀ ਕੀ ਦੀ ਪਿਆਰੀ ਗੱਲ ਏ ਕਿ ਫੁੱਲ ਨੇ ਕੰਡੇ ਨੂੰ ਆਖਿਆ ਕਿ ਹਵਾ ਦੇ ਬੁੱਲੇ ਦੇ ਨਾਲ ਮੈਂ ਜਿੱਧਰ ਨੂੰ ਵੀ ਜਾਣਾ ਵਾਂ ਤੂੰ ਉਧਰੋਂ ਹੀ ਮੈਨੂੰ ਚੁਬਣਾ ਤੇ ਨੋਕ ਆਪਣੀ ਨੂੰ ਸਾंभ ਕੇ ਖਲੋ ਤੇ ਨਾ ਮੈਨੂੰ ਵੈਰੀਆ ਮੁਰਮੁਰ ਕੇ ਮੈਨੂੰ ਨਾ ਚੁਬ ਤੇ ਕੰਡੇ ਅਗੋਂ ਆਖਿਆ ਮੇਰੀ ਅਸਲੀਅਤ ਹੀ ਚੁਬਣਾ ਹੈ ਮੈਂ ਜੇ ਚੁਬਣਾ ਤੇ ਵਿੱਚ ਮੇਰਾ ਕੋਈ ਕਸੂਰ ਨਹੀਂ ਮੇਰੀ ਸਿਰਸਤੇ ਚ ਰੱਖ ਦਿੱਤਾ ਗਿਆ ਹੈ ਮੇਰੀ ਨੋਕ ਨੇ ਚੁੱਬਣਾ ਹੀ ਚੁੱਬਣਾ ਤੇ ਚੱਲ ਜੇ ਤੂੰ ਮੈਨੂੰ ਮਜਬੂਰ ਕਰਨਾ ਫੁੱਲ ਨੂੰ ਆਖਣ ਲਗਾ ਕੰਡਾ ਕਿ ਜੇ ਤੂੰ ਮੈਨੂੰ ਮਜਬੂਰ ਕਰਨਾ ਤੇ ਤੇਰੇ ਆਖਿਆ ਮੈਂ ਚੁੱਬਣਾ ਛੱਡ ਦੇਣਾ ਤੂੰ ਵੀ ਮੇਰੇ ਆਖਿਆ ਖਸ਼ਬੋ ਵੰਡਣੀ ਛੱਡ ਛੱਡ ਹਾਂ ਤੂੰ ਕਿਉਂ ਹਰ ਵੇਲੇ ਖਸ਼ਬੋਵਾਂ ਖਡਾਂਦਾ ਰਹਿਣਾ ਤੇ ਵੰਡਦਾ ਰਹਿਣਾ ਲੇਕਿਨ ਫੁੱਲ ਜਿਹੜਾ ਨਾ ਉਹ ਵੀ ਇੱਥੇ ਚੁੱਪ ਕਰ ਗਿਆ ਕਿਉਂਕਿ ਫੁੱਲ ਖਸ਼ਬੋ ਵੰਡਣੀ ਨਹੀਂ ਛੱਡ ਸਕਦਾ ਕੰਡਾ ਕਿ ਬਣਾਣੀ ਛੱਡ ਸਕਦਾ ਸੱਪ ਡੰਗਣੋਂ ਨਹੀਂ ਮੁੜ ਸਕਦਾ ਇਹ ਫਿਤਰਤਾ ਨੇ ਤੇ ਫਿਤਰਤ ਕਦੀ ਨਹੀਂ ਬਦਲਦੀ ਐਸੇ ਗੱਲ ਨੂੰ ਆਪਣੇ ਮਿਸਰੇ ਵਿੱਚ ਸ਼ਾਹ ਹੁਸੈਨ ਪੈ ਫਰਮਾਉਂਦੇ ਨੇ ਕਾਲੇ ਪੱਟ ਨਾ ਚੜੇ ਸਫੇਦੀ ਤੇ ਕਾਗ ਨਾ ਥੀਂਦੇ ਬੱਗੇ ਤੇ ਆਖਰੀ ਮਿਸਰੇ ਵਿੱਚ ਪੈ ਫਰਮਾਉਂਦੇ ਨੇ ਕਹੇ ਹੁਸੈਨ ਸ਼ਹਾਦਤ ਪਾਏ ਜੋ ਮਰਨ ਮਿੱਤਰਾਂ ਦੇ ਅੱਗੇ ਹੁਸੈਨ ਫਕੀਰ ਪਿਆ ਆਖਦਾ ਏ ਲੋਕੋ ਜਿਹੜਾ ਅੱਲਾਹ ਪਾਕ ਸੱਚੇ ਸਾਹਿਬ ਦੀ ਰਾਹ ਵਿੱਚ ਮਰ ਗਿਆ ਜਿਹੜਾ ਸਾਈਂ ਅੱਗੇ ਮਰ ਗਿਆ ਜੋ ਮਰਨ ਮਿੱਤਰਾਂ ਦੇ ਅੱਗੇ ਜਿਹੜਾ ਮਰ ਗਿਆ ਮਹਿਬੂਬ ਦੀ ਰਾਹ ਵਿੱਚ ਮਹਿਬੂਬ ਦੀ ਖਾਤਰ ਸੂਫੀ ਦਾ ਆਸ਼ਿਕ ਸਾਦਕ ਦਾ ਮਹਿਬੂਬ ਉਹਦਾ ਅੱਲਾ ਪਾਕ ਹੁੰਦਾ ਹੈ ਪਿਆਰੇ ਵੇਖਣ ਵਾਲਿਓ ਫਰਮਾਨਾ ਨੇ ਭਈ ਜਿਹੜਾ ਆਪਣੇ ਅੱਲਾ ਪਾਕ ਸੱਚੇ ਸਾਹਿਬ ਦੀ ਰਾਹ ਦੇ ਵਿੱਚ ਅੱਲਾ ਪਾਕ ਦੇ ਇਸ਼ਕ ਦੇ ਵਿੱਚ ਜਿਨੇ ਜ਼ਿੰਦਗੀ ਖਤਮ ਕਰ ਲਈ ਜਿਹੜਾ ਜਦੀ ਹਿਆਤੀ ਪੂਰੀ ਹੋਈ ਅੱਲਾ ਪਾਕ ਦੇ ਹੁਕਮਾਂ ਤੇ ਚੱਲਦਿਆਂ ਹੋਇਆਂ ਉਹਦੇ ਰਾਹ ਦੇ ਵਿੱਚ ਜਿਨੂੰ ਮੌਤ ਆ ਗਈ ਉਹ ਮਰਿਆ ਨਹੀਂ ਉਹ ਸ਼ਹੀਦ ਹੈ ਉਹ ਕਤਲ ਹੋਇਆ ਤੇ ਉਹ ਕਤਲ ਮਕਤੂਲ ਨਹੀਂ ਉਹ ਸ਼ਹੀਦ ਹੈ ਯਾਨੀ ਕਿ ਇਸ਼ਕ ਦੀ ਅੱਲਾ ਪਾਕ ਦੇ ਇਸ਼ਕ ਦੇ ਵਿੱਚ ਅੱਲਾ ਪਾਕ ਦੀ ਇਤਾਤ ਦੇ ਵਿੱਚ ਅੱਲਾ ਪਾਕ ਦੇ ਹੁਕਮਾਂ ਦੀ ਤਾਮੀਲ ਦੇ ਵਿੱਚ ਅਤੀ ਉੱਲਾਹ ਵਾ ਅਤੀ ਅਰ ਰਸੂਲ ਕਰਦਿਆਂ ਹੋਇਆਂ ਜਿਹੜਾ ਮਰਿਆ ਉਹ ਜ਼ਰੂਰੀ ਨਹੀਂ ਉਦੀ ਗਰਦਨ ਤੇ ਤਲਵਾਰ ਹੀ ਫਿਰੇ ਤੇ ਉਹਦਾ ਸਾਰਾ ਪਿੱਡਾ ਜ਼ਖਮੀ ਹੋਵੇ ਤੇ ਪੁਰਪੁਰ ਵਿਜਿਆ ਜਾਵੇ ਅੱਲਾ ਪਾਕ ਦੇ ਹੁਕਮਾਂ ਤੇ ਚੱਲਣ ਵਾਲਾ ਉਹਦੀ ਰਾਹ ਵਿੱਚ ਮਰਨ ਵਾਲਾ ਹਰ ਬੰਦਾ ਸ਼ਹੀਦ ਹੈ ਜੇ ਕੋ ਅੱਲਾ ਪਾਕ ਦੇ ਪਿਆਰੇ ਨਬੀ ਪਾਕ ਫਰਮਾਇਆ ਕਿ ilm ਹਾਸਲ ਕਰਨ ਲਈ ਜਾਂਦੇ ਆ ਵੀ ਅਗਰ ਕੋਈ ਰਾਹ ਦੇ ਵਿੱਚ ਮਾਰਿਆ ਗਿਆ ਤੇ ਉਹਦਾ ਦਰਜਾ ਵੀ ਸ਼ਹੀਦ ਦਾ ਇਹ ਇੱਕ ਵਣਗੀ ਇੱਕ ਮਿਸਾਲ ਮੈਂ ਤੁਹਾਡੇ ਅੱਗੇ ਪੇਸ਼ ਕੀਤੀ ਇਲਮ ਹਾਸਲ ਕਰਨਾ ਵੀ ਚੋਂਕਿ ਨਬੀ ਪਾਕ ਦਾ ਅੱਲਾ ਪਾਕ ਦਾ ਹੁਕਮ ਹੈ ਕਿ ਇਲਮ ਹਾਸਲ ਕਰੋ ਤੇ ਹੁਣ ਇਲਮ ਹਾਸਲ ਕਰਨ ਜਾਂਦਾ ਵੀ ਅਗਰ ਕੋਈ ਰਾਜ ਮਾਰਿਆ ਗਿਆ ਤੇ ਉਹ ਵੀ ਸ਼ਹੀਦ ਕਿਉਂ ਕਿ ਉਹ ਮਹਿਬੂਬ ਦਾ ਆਪਣੇ ਅੱਲਾ ਪਾਕ ਦਾ ਹੁਕਮ ਮੰਨਦੇ ਆਇਆ ਉਹਦੇ ਹੁਕਮ ਦੀ ਤਾਮੀਲ ਦੇ ਵਿੱਚ ਜਾਂਦੇ ਹੋਇਆ ਮਰੇ ਯਾਨੀ ਮਹਿਬੂਬ ਦੇ ਇਸ਼ਕ ਦੇ ਵਿੱਚ ਮਰ ਜਾਣਾ ਵੀ ਸ਼ਹੀਦ ਦਾ ਰਤਬਾ ਹੈ ਪਿਆਰੇ ਵੇਖਣ ਵਾਲਿਓ ਅਸੀਂ ਆਪਣੇ ਵਲੌਗਸ ਨੂੰ ਇਸ ਵਾਸਤੇ ਵੀ ਜ਼ਿਆਦਾ ਲੰਮਾ ਨਹੀਂ ਕਰਦੇ ਕਿ ਤੁਹਾਡੀ ਸਮਾਂ ਦੇ ਉੱਤੇ ਗਿਰਾ ਨਾ ਗੁਜ਼ਰੇ ਇਮਤਿਹਾਨੀ ਨੁਕਤੇ ਨਜ਼ਰ ਦੇ ਨਾਲ ਤਵਾਨਤ ਤੋਂ ਬਚਦੇ ਆ ਬਚਾਉਂਦੇ ਆ ਹੋਇਆ ਜ਼ਿਆਦਾ ਤੋਂ ਜ਼ਿਆਦਾ ਨੌਲੇਜ ਤੁਹਾਡੇ ਤੱਕਰ ਪਹੁੰਚਾਉਣ ਦਾ ਯਤਨ ਕਰਨੇ ਆ ਅੱਜ ਦੀ ਵੀ ਜਿਹੜੀ ਅਸਾਂ ਕੋਸ਼ਿਸ਼ ਕੀਤੀ ਏ ਅੱਲਾਹ ਪਾਕ ਦੇ ਘਰ ਵੀ ਉਮੀਦ ਏ ਤੇ ਯਕੀਨ ਏ ਤੇ ਤੁਹਾਡੇ ਵੱਲੋਂ ਵੀ ਆਸ ਏ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਅਗਲੀ ਕਾਫੀ ਦੇ ਨਾਲ ਇਨਸ਼ਾਅੱਲਾ ਬਹੁਤ ਜਲਦ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ ਤਦ ਤੱਕ ਸਾਨੂੰ ਇਜਾਜ਼ਤ ਦਿਓ ਹਲਾ ਵੀ ਯਾਰ ਹਵਾਲੇ ਰੱਬ ਦੇ ਤੇ ਮੇਲੇ ਚਾਰ ਦਿਨਾਂ ਦੇ ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ